ਦੋਸਤੋ ਤਿੰਨ ਡਿਪਾਰਟਮੈਂਟ ਵਿੱਚ ਬਹੁਤ ਹੀ ਵਧੀਆ ਜੋਬ ਵੈਕੈਂਸੀ ਅਨਾਊਂਸਮੈਂਟ ਹੋਈ ਆ। ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਵਿੱਚ ਦੇਵਾਂਗਾ। ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ। ਅਤੇ ਸਭ ਤੋਂ ਪਹਿਲਾਂ ਗੱਲ ਕਰੀਏ ਦੋਸਤੋ ਜਿਹੜੀ ਹੈ ਸਸ਼ਤਰ ਸੀਮਾ ਬਲ ਦੀ। ਦੋਸਤੋ ਇਹ ਬੋਰਡਰ ਦੀ ਪੋਸਟਾਂ ਨੇ ਅਤੇ ਟੋਟਲ ਪੋਸਟਾਂ ਦੀ ਗੱਲ ਕਰੀਏ 2250 ਟੋਟਲ ਪੋਸਟਾਂ ਨੇ। ਅਤੇ ਇਸ ਵਿੱਚ ਜੇ 10th ਪਾਸ ਜਾਂ ਡਿਪਲੋਮਾ ਹੋਲਡਰ ਇਸ ਨੂੰ ਅਪਲਾਈ ਕਰ ਸਕਦਾ ਹੈ। ਅਤੇ ਉਮਰ ਹੱਦ ਦੀ ਗੱਲ ਕਰੀਏ 18 ਤੋਂ 27 ਸਾਲ ਦੇ ਵਿਚ ਵਾਲੇ ਦਾ ਜਿਹੜਾ ਵੀ ਕੈਂਡੀਡੇਟ ਹੈ ਉਹ ਉਸਨੂੰ ਅਪਲਾਈ ਕਰ ਸਕਦਾ ਹੈ। ਅਤੇ ਫੀਸ ਦੀ ਗੱਲ ਕਰੀਏ ਦੋਸਤੋ 100 ਰੁਪਏ ਜਨਰਲ ਅਤੇ OBC ਵਾਸਤੇ ਫੀਸ ਹੈ। SC ST ਦਾ ਕੈਂਡੀਡੇਟ ਜੇ ਕੋਈ ਅਪਲਾਈ ਕਰਦਾ ਹੈ ਤਾਂ ਉਸ ਲਈ ਕੋਈ ਫੀਸ ਨਹੀਂ ਲਾਗੂ ਹੁੰਦੀ। ਅਤੇ ਤਨਖਾਹ ਦੀ ਗੱਲ ਕਰੀਏ 21,700 ਤੋਂ ਸ਼ੁਰੂ ਹੋ ਕੇ 67,000 ਤੱਕ ਸੈਲਰੀ ਨੋਰਮਲੀ ਚਲੀ ਜਾਂਦੀ ਹੈ। ਜੇ ਤੁਸੀਂ ਔਨਲਾਈਨ ਅਪਲਾਈ ਕਰਨਾ ਚਾਹੁੰਦੇ ਹੋ ਇਸ ਪੋਸਟ ਨੂੰ ਤਾਂ SSB.NIC.IN 'ਤੇ ਜਾ ਕੇ ਤੁਹਾਨੂੰ ਰਿਕਰੂਟਮੈਂਟ ਦਾ ਸੈਕਸ਼ਨ ਮਿਲ ਜਾਓ ਅਤੇ ਉੱਥੋਂ ਤੁਸੀਂ ਅਪਲਾਈ ਕਰ ਸਕਦੇ ਹੋ। ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਨੂੰ ਅਪਲਾਈ ਕਰਕੇ ਇੱਕ ਵੀਡੀਓ ਹੋਰ ਬਣਾ ਕੇ ਦੇਵਾਂ ਤਾਂ ਵੀਡੀਓ ਵਿੱਚ ਕਮੈਂਟ ਕਰੋ। ਜਿਹੜੀ ਪੋਸਟ ਤੁਸੀਂ ਅਪਲਾਈ ਕਰਵਾਉਣਾ ਚਾਹੁੰਦੇ ਹੋ ਮੈਂ ਤੁਹਾਨੂੰ ਵੀਡੀਓ ਮੋਬਾਈਲ 'ਤੇ ਕਿਵੇਂ ਕਰਨੀ ਹੈ ਉਹ ਅਪਲੋਡ ਕਰ ਦੇਵਾਂ ਆਪਣੀ ਨਿਊ ਚੈਨਲ 'ਤੇ। ਅਤੇ ਨੈਕਸਟ ਜੋਬ ਦੀ ਗੱਲ ਕਰੀਏ ਦੋਸਤੋ ਇੰਡੀਅਨ ਆਰਮੀ ਦੀ ਜੋਬ ਨੇ ਇਹ। ਅਤੇ ਕੁੱਲ ਜਿਹੜੀ ਸੰਖਿਆ ਹੈ ਨੌਕਰੀਆਂ ਦੀ ਉਹ 90 ਨੇ ਅਤੇ ਯੋਗਤਾ 12ਵੀਂ ਪਾਸ ਮੰਗੀ ਗਈ ਹੈ। ਅਤੇ ਉਮਰ ਸੀਮਾ 16 ਤੋਂ 20 ਸਾਲ ਵਿਚਾਲੇ ਦਾ ਕੈਂਡੀਡੇਟ ਇਸ ਨੂੰ ਅਪਲਾਈ ਕਰ ਸਕਦਾ। ਅਤੇ ਲਾਸਟ ਡੇਟ ਜਿਹੜੀ 25 ਅਗਸਤ 2020 ਹੈ ਅਪਲਾਈ ਕਰਨ ਦੀ। ਅਤੇ ਫੀਸ ਜਨਰਲ ਅਤੇ OBC ਕੈਂਡੀਡੇਟ ਵਾਸਤੇ 200 ਰੁਪਏ ਹੈ। SC ST ਵਾਸਤੇ ਇਸ ਵਿੱਚ ਕੋਈ ਫੀਸ ਨਹੀਂ ਹੈ। ਅਤੇ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਜੁਆਇਨ ਇੰਡੀਅਨ ਆਰਮੀ .NIC.IN ਤੇ ਜਾ ਕੇ ਤੁਸੀਂ ਇਹ ਫੋਰਮ ਅਪਲਾਈ ਕਰ ਸਕਦੇ ਹੋ। ਅਤੇ ਨੈਕਸਟ ਜੋਬ ਦੀ ਗੱਲ ਕਰੀਏ ਦੋਸਤੋ ਇਹ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਯਾਨੀ UPSC ਦੀ ਬਹੁਤ ਹੀ ਹਾਈ ਰੈਂਕ ਦੀ ਜੋਬ ਰਿਕਰੂਟਮੈਂਟ ਹੈ। ਅਤੇ ਕੁੱਲ ਪੋਸਟਾਂ ਦੀ ਗੱਲ ਕਰੀਏ ਦੋਸਤੋ 344 ਨੰਬਰ ਆਫ ਪੋਸਟ ਨੇ। ਅਤੇ ਯੋਗਤਾ ਸਿਰਫ ਗ੍ਰੈਜੂਏਸ਼ਨ ਕਿਸੇ ਵੀ ਸਟਰੀਮ ਵਿੱਚ ਤੁਸੀਂ BA BCOM BSC ਜਾਂ ਕੁਛ ਵੀ ਤੁਸੀਂ ਕੀਤਾ ਇਸ ਨੂੰ ਗ੍ਰੈਜੂਏਸ਼ਨ ਅਪਲਾਈ ਕਰ ਸਕਦੇ ਨੇ। ਅਤੇ ਉਮਰ ਸੀਮਾ 18 ਤੋਂ 23 ਸਾਲ ਦੇ ਵਿੱਚ ਦੇ ਕੈਂਡੀਡੇਟਸ ਨੂੰ ਫੋਰਮ ਨੂੰ ਭਰ ਸਕਦੇ ਨੇ। ਅਤੇ ਲਾਸਟ ਡੇਟ ਜਿਹੜੀ 25 ਅਗਸਤ 2020। ਅਤੇ ਫੀਸ OBC ਅਤੇ ਜਨਰਲ ਕੈਂਡੀਡੇਟ ਵਾਸਤੇ 200 ਰੁਪਏ, SC ST ਕੈਂਡੀਡੇਟ ਵਾਸਤੇ ਇਸ ਵਿੱਚ ਵੀ ਕੋਈ ਫੀਸ ਨਹੀਂ ਹੈ। ਅਤੇ ਓਫੀਸ਼ਲ ਸਾਈਟ 'ਤੇ ਜਾ ਕੇ ਤੁਸੀਂ ਇਹ ਅਪਲਾਈ ਕਰ ਸਕਦੇ ਹੋ। UPSC.GOV.IN ਇਹਨਾਂ ਦੀ ਓਫੀਸ਼ਲ ਵੈਬਸਾਈਟ ਹੈ। ਜੇ ਤੁਸੀਂ ਇਹਨਾਂ ਵਿੱਚ ਕੋਈ ਵੀ ਪੋਸਟ ਅਪਲਾਈ ਕਰਨਾ ਚਾਹੁੰਦੇ ਤਾਂ ਵੀਡੀਓ ਵਿੱਚ ਕਮੈਂਟ ਕਰੋ, ਮੈਂ ਨੈਕਸਟ ਪਾਰਟ ਆ ਜਿਹੜਾ ਇਸ ਵੀਡੀਓ ਦਾ ਉਸਨੂੰ ਅਪਲਾਈ ਕਰਕੇ ਫਿਰ ਬਣਾ ਦੇਗਾ। ਦੋਸਤੋ ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੁੰਦੀ ਹੈ ਇੱਕ ਯੂਟਿਊਬਰ ਨੂੰ।